ਸਾਈਡਾਂ ਦੀ ਸਾਈਡ ਹੈ, ਇਹ ਟੀਮ ਹੈ ਦੀ ਚੈਨਿਆਂ ਦੀ ਸੈਂਟਰਾਂ ਵਿੱਚ ਕਹਿੰਦੇ ਰੈਸਰੀਆ ਜੱਸਾ ਖੇਡਦਾ ਤੇ ਜੱਸੇ ਨੂੰ ਕਹਿੰਦੇ ਤੋਪ ਕਹਿੰਦੇ ਆ ਬਾਲੀਵਾਲ ਦੀ ਤੇ ਜੱਸੇ ਦੇ ਖੱਬੇ ਹੱਥ ਆਹ ਮੁੰਡਾ ਕਹਿੰਦੇ ਸੁਰਜੀਤ ਹੈ ਤੇ ਸੱਜੇ ਹੱਥ ਰਾਜਵਿੰਦਰ ਖੇਡਦਾ ਨਾਲ ਬਾਬਾ ਤੇ ਨਾਲ ਕਹਿੰਦੇ ਜੁਝਾਰ ਹੈ ਨਿੱਕ ਤੇ ਜਿਹੜਾ ਮੁੰਡਾ ਖੇਡਦੇ ਪਰਮਾ ਚੇਰੇ ਵਾਲੀ ਆ ਇਹ ਮੁੰਡੇ ਨੂੰ ਕਹਿੰਦੇ ਮਿੰਡੀ ਸ਼ਰਮਾ ਨੇ ਗੱਡੀ ਦੇ ਨਾਲ ਵੱਡੇ ਜਿਹੜੇ ਸਨਮਾਨ ਕੀਤੇ ਆ ਗੱਡੀ ਦੇ ਕੇ ਵੱਡੇ ਜਿਹੜੇ ਮਾਨ ਸਨਮਾਨ ਕੀਤੇ ਆ ਤੇ ਦੂਜੇ ਪਾਸੇ ਸੋਨੂ ਵਰਗੇ ਹੈਪੀ ਵਰਗੇ ਰਾਜੂ ਵਰਗੇ ਤੇ ਸੈਂਟਰ ਵਿੱਚ ਜਿਹੜਾ ਆ ਮੁੰਡਾ ਹੈਗਾ ਇਹ ਕਹਿੰਦੇ ਫੇਰ ਦਾ ਜੇਤੂ ਆ ਇਹ ਕਹਿੰਦੇ ਟੱਕਰ ਕਦੇ ਬਰਾਬਰੀ ਦੀ ਆ ਨੰਬਰ ਪਹਿਲਾਂ ਜੋਧਪੁਰੀ ਚੰਬੋ ਤੇ ਜੋਧਪੁਰੀਏ ਦੇ ਖਿਡਾਰੀ ਜਿਹੜੇ ਆ ਜਾਣਗੇ ਆਓ ਗਰਾਊਂਡ ਨੰਬਰ ਚਾਰ ਦੇ ਵਿੱਚ ਮੈਚ ਬਹੁਤ ਚੋਟੀ ਦਾ ਖੇਡਿਆ ਜਾਣਾ ਮੇਰੇ ਮਿੱਤਰੋ ਵੀ ਤੂੰ ਸਾਡੀ ਨੀ ਹੋਣਾ ਤੇ ਬਿੱਲੋ ਕੋਈ ਗੱਲ ਨੀ ਆਓ ਕਿਸੇ ਹੋਰ ਦੀ ਹੋਈ ਤੇ ਸਾਨੂੰ ਗੱਲ ਰੜਕੂ ਆਓ ਕਬਜ਼ੇ ਦੀ ਪੈਲੀ ਵਾਂਗੂ ਇਹ ਡਾਂਗ ਖੜਕੂ ਆ ਹੁਣ ਕਬਜ਼ੇ ਦੀ ਪੈਲੀ ਵਾਂਗੂ ਡਾਂਗ ਖੜਕੂ ਆ ਗੱਲ ਕਦੇ ਟਿਕਾਣੇ ਲੱਗੂਗੀ ਮੈਂ ਚੋਟੀ ਦਾ ਮੇਰੇ ਵੀਰੇ ਵੀ ਦਿੱਲੀ ਕਦੋਂ ਪੁਆਇੰਟ ਕਾੜੀਆ ਕਾੜੀਆ ਵੀਰੇ ਇਹ ਹੁੰਦਾ ਸ਼ੇਰ ਵੀ ਦੇ ਘਰ ਪੁੱਤਰ ਸ਼ੇਰ ਪੈਣਾ ਹੋ ਤੇਰੀ ਜ਼ਮੀਰ ਚ ਉਹ ਕਿਲ ਜਾਰੇ ਇੱਥੇ ਹੁੰਦੀ ਉਹ ਫਸਲ ਸਨਾ ਢੇਰ ਪੈਣਾ ਚੱਲ ਪੰਨਿਆਂ ਦਾ ਰਾਤ ਨੂੰ ਦਿਨ ਚੜੇ ਤੇ ਕਰਦੀ ਮੱਸਿਆ ਸਨਾ ਹਨੇਰ ਪੈਣਾ ਹੋ ਕੀਤੀ ਹੁੰਦੀ ਉਹ ਤਪੱਸਿਆ ਜਿਹਨਾਂ ਮਾਪਿਆਂ ਨੇ ਉਹਨਾਂ ਨੇ ਘਰ ਹੁੰਦੇ ਪੁੱਤਰ ਕਲੇਰ ਪੈਣਾ ਇੱਥੇ ਅੱਜ ਦਾ ਮੇਲਾ ਸਫਲਾ ਲੈ ਰੁਤਲਾ ਮਾਰ ਕੇ ਨੇ ਭਰਾ ਸਾਡੇ ਨੂੰ ਮਾਪੇ ਫਿਰ ਨੂੰ ਪ੍ਰਵੀਨ ਫੜੇ ਨੂੰ ਮੰਡੀ ਸ਼ਰਮਾ ਕਲੱਬ ਕਹਿੰਦੇ ਸੁਖਦੀਪ ਦਾ ਮੁੰਡਾ ਧਾਰੀਵਾਲ ਪਰਿਵਾਰ ਦਾ ਜਿਹੜਾ ਨੰਬਰ ਦੂਜਾ ਜੋੜ ਗਿਆ ਦੋ ਤੇ ਜੀਰੋ ਆ ਨਵੀਂ ਢਾਬਾ ਲੋਕੀ ਖੜਕਾ ਦੜਕਾ ਖੜਕਾ ਦੜਕਾ ਭਾਉਂਦੇ ਮੈਂ ਵੀ ਕੱਟ ਲੁਧਿਆਣੇ ਦਾ ਆਹ ਚਰਚੇ ਕਹਿੰਦੇ ਵੱਡਿਆ ਮੇਰੇ ਮਿੱਤਰਾਂ ਇਧਰ ਨੰਬਰ ਮੈਨੂੰ ਲੱਗਦਾ ਵੀ ਦੋ ਹੋ ਗਏ ਆ
ਲਾਲ ਲਾਲੀ ਵਾਲਾ ਬੁੱਕਾ। ਹੈਲੋ ਬਾਈ ਜੀ, ਚੋਗੋ ਦੀ ਟੀਮ ਦੇ ਖਿਡਾਰੀ, ਚੋਗੋ ਵਾਲੇ ਮੁੰਡੇ ਗਰਾਊਂਡ ਨੰਬਰ ਬਾਈ ਜੀ ਚਾਰ ਦੇ ਵਿੱਚ ਆ ਰਹੇ। ਉਧਰ ਜੋਧਪੁਰੀਆ ਟੀਮ ਖੜੀ ਆ ਜੀ, ਇਧਰ ਤਿੰਨ ਪੁਆਇੰਟ ਹੋ ਗਏ ਜੀ ਪਹਿਲੇ। ਪਟਾਕੇ ਪੀਣਗੇ, ਕਾਕੇ ਖੇਡਗੇ, ਪੱਲੇ ਦੇ ਵੀ ਧਾਬਾ ਲਿਆ ਇੱਕ ਤਾਂ ਹੋਰ ਟੱਪਾ ਦੁਨੀਆ ਚੰਗੀ ਕਬੱਡੀ ਦਾ ਕਰ ਦਿੱਤਾ। ਸਾਹਮਣੇ ਨੰਬਰ ਪਹਿਲੇ ਵੀ ਮੁੰਡੇ ਕਹਿੰਦੇ ਧਾਬਾ ਦੇ ਵਿੱਚ ਹੈ, ਪਰ ਦੂਜੇ ਪਾਸੇ ਕਹਿੰਦੇ ਗਿੱਲ ਪਰਿਵਾਰ ਦਾ ਰਾਇਸਰ ਵਾਲਾ ਕਹਿੰਦੇ ਦੱਸਾ ਖੜਾ ਢਾਬਾ ਵਾਲਿਆ, ਉਹ ਦੁਨੀਆ ਤੇਰੀ ਵੀ ਦਵਾਨੀ ਹੈ। ਨੰਬਰ ਜੇ ਪਹਿਲਾਂ ਜੋੜੇ ਤੈਨੂੰ ਢਾ ਮੰਨੀਏ ਆ ਗਿਆ ਫੇਰ ਬੱਲੇ 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 ਕਿਵੇਂ ਟਿਕਾਣੇ ਲੱਗੀਆਂ ਉਧਰੇ ਦਿਲਤੀ ਨੂੰ ਮਾਣ ਭਰਾ ਹੈ, ਸਾਡਾ ਜ਼ਿੰਦਗੀ ਦਾ ਮਾਣ ਹੈ। ਕਨੇਡਾ ਕਹਿੰਦੇ ਮੋਹਲੀ ਖੁਰਦੜਾ ਵੀ ਲਾਈਨ ਦੇ ਬੈਠਾ, ਬਹੁਤ ਵੱਡਾ ਧੰਨਵਾਦ ਹੈ। ਹਾਂ ਵੀ ਉਧਰ ਜੋਤ ਸਾਡਾ ਭਰਾ ਜਦ ਸਾਹਿਬ ਕਨੇਡਾ ਦੇ ਵਿੱਚ ਕਹਿੰਦਾ ਜਿਹੜੀ ਟੀਮ ਜਿੱਤ ਗਈ ਉਹਦੇ ਲਈ 1100 ਦੇ ਵੱਡੇ ਮਾਣ ਤਿਆਰ ਹੈ। ਜੋਤ ਸਾਡਾ ਭਰਾ ਝੰਮਣ ਵਾਲਾ ਕਹਿੰਦਾ ਵੀ ਮਾਣ ਜਿਹੜੇ ਆਪਣੇ ਵੱਲੋਂ ਵੱਡੇ ਫੋੜ ਗਏ, ਜਿਹੜੀ ਮਰਜ਼ੀ ਟੀਮ ਜਿੱਤ ਗਏ ਤੇ ਰੁਪਈਆ ਨੋਟਾਂ ਤੋਂ ਮਹਿੰਗੀ ਚੀਜ਼ ਜਿਹੜੀ ਜਿੱਤ ਜਾਣ ਤੇਰੇ ਤੋਂ ਮਾਰਾਂਗੇ। ਨੰਬਰ ਮੁੰਡੇ ਤੇ ਜਾਂ ਫਿਰ ਮੇਰੇ ਮਿੱਤਰੋ ਸੁਣੀ ਸਰਵਉੱਚ, ਇਹਦੇ ਕਹਿੰਦੇ ਟਾਈਮ ਨੇ ਫੈਸਲੇ ਕਰਨੇ ਆ। ਇਧਰਲੇ ਪਾਸੇ ਨੈਟ ਦੇ ਕਹਿੰਦੇ ਸਰ ਵੀ ਖੇਡਦਾ ਕਬੱਡੀ ਦਾ, ਕਹਿੰਦੇ ਚੋਟੀ ਦਾ ਖਿਡਾਰੀ ਆ ਸਾਹਮਣੇ ਅੱਜ ਲਾਓ ਮਿੱਤਰਾਂ। ਨੰਬਰ ਇੱਕ ਦੇ ਵਾਧੇ ਹੋ ਗਏ ਆ ਨੌਜਵਾਨ ਖੇਡ ਗਰਾਊਂਡ ਦੇ ਵਿੱਚ, ਬੜਾ ਟੌਪ ਦਾ ਮੈਚ ਆ ਭਾਈ ਜੀ। ਗਰਾਊਂਡ ਨੰਬਰ ਚਾਰ ਦੇ ਵਿੱਚ ਆਪਾਂ ਮੈਚ ਸ਼ੁਰੂ ਕਰ ਦਈਏ, ਮੇਰੀ ਬੇਨਤੀ ਆ ਗਰਾਊਂਡ ਨੰਬਰ ਚਾਰ ਦੇ ਵਿੱਚ ਆਪਾਂ ਜਿਹੜਾ ਮੈਚ ਦੀ ਸ਼ੁਰੂਆਤ ਨੇਕ ਉਹ ਬੰਦਾ ਕੀ ਨਹੀਂ ਕਰ ਸਕਦਾ, ਕਾਕੋ ਵਾਲੀ ਦਾ ਬੂਦ ਬੂਦ ਨਾਲ ਸਾਗਰ ਭਰ ਸਕਦਾ, ਉਸ ਡਾਂਡ ਦੇ ਲੜ ਲੱਗ ਕੇ ਫੇਰੀ ਤਰਦੀ ਹੁੰਦੀ ਆ, ਉਹ ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ ਭਾਈ ਜੀ। ਮੇਰੇ ਮੁੰਡੇ ਫਿਰ ਕੇ ਗੁੱਡੀ ਚੜ੍ਹਦੀ ਹੁੰਦੀ ਆ ਭਾਈ ਜੀ। ਚੋਮੋ ਦੀ ਟੀਮ ਕਿੱਥੇ ਆ ਯਾਰ ਵੀਰੇ ਲੰਬੇ, ਆਓ ਯਾਰ ਭਰਾ ਬਣ ਕੇ। ਚੋਮੋ ਦੀ ਟੀਮ ਨੂੰ ਮੇਰੀ ਬੇਨਤੀ ਆ ਖਿਡਾਰੀ ਵਾਲੇ ਆ ਜਾਣਗੇ, ਗਰਾਊਂਡ ਜਿਹੜਾ ਖਾਲੀ ਆ ਬੇਨਤੀ ਹੈ ਮੇਰੀ ਭਰਾਵਾਂ ਨੂੰ ਗਰਾਊਂਡ ਦੇ ਵਿੱਚ ਖੇਡੀ ਜਾ ਰਹੀ ਆ। ਨਾ ਵੀ ਵੀਰੇ ਝੰਮਟ ਬਾਬੇ ਦੀ ਟੀਮ ਦਾ ਮੈਚ ਆ ਗਰਾਊਂਡ ਨੰਬਰ ਇੱਕ ਵਿੱਚ, ਕਿੰਨਾ ਵਿਭਾਗ ਦੀ ਟੀਮ ਦੇ ਨਾਲ ਬੇਨਤੀ ਹੈ ਇੱਧਰ ਬਾਬੇ ਦੀ ਟੀਮ ਦੀ ਇੱਕ ਨੰਬਰ ਗਰਾਊਂਡ ਚਲੀ ਜਾਵੇ। ਨਾ ਵੀ ਮੁੰਡੇ ਤੁਹਾਡਾ ਵੀ ਮੈਚ ਆ ਗਿਆ ਸੋਹਣਾ, ਇਧਰਲੇ ਪਾਸੇ ਰੂਪਲ ਨਾਲ ਕਰਮਦੀਪ ਤੇ ਬਾਈ ਮਨਦੀਪ, ਇਹਨਾਂ ਭਰਾਵਾਂ ਦੇ ਵੱਲੋਂ ਜੇ ਜੱਸਾ ਸਿੰਗਲ ਹੈਂਡ ਮਾਰਦਾ ਤਾਂ ਜੱਸੇ ਨੂੰ 100, ਪਰ ਜੇ ਸ਼ੇਰੂ ਸਮੈਸ਼ ਮਾਰਦਾ ਤੇ ਸ਼ੇਰੂ ਦੇ ਲਈ 100 ਦੇ ਕਹਿੰਦੇ ਵੱਡੇ ਮਾਨ ਦਿੱਤੇ ਜਾਣਗੇ। ਜਿੰਨੀਆਂ ਮਰਜ਼ੀ ਸਮੈਸ਼ਾਂ ਮਾਰਨਾ ਤੇ ਹਰ ਇੱਕ ਸਮੈਸ਼ ਦਾ ਵੀਰ ਸਾਡੇ ਕਹਿੰਦੇ ਵੀ 100 ਦੇਣਾ ਤਾਂ ਪੁਆਇੰਟ ਪੁਆਇੰਟ ਦੋ ਅੱਗੇ ਪੁਆਇੰਟ ਗਰਾ ਪੁਆਇੰਟ 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 ਤਿੰਨ ਦਿਨ ਓਕੇ ਤਿੰਨ ਬਰਾਬਰੀ ਦਾ ਮੈਚ ਹੈ ਜੀ, ਤਿੰਨ ਬਰਾਬਰ ਹੋ ਗਏ ਤੇ ਤਿੰਨ ਦੀ ਟੱਕਰ ਹੋ ਗਈ ਆ। ਦੋ ਤੇ ਢੱਲੇ ਭਰਾ ਸਦਾ ਕੈਨੇਡਾ ਦਾ ਝੰਬਟਾ ਰੋ ਕਹਿੰਦੇ ਕਿਹੜੀ ਟੀਮ ਜਿੱਤ ਗਈ ਤੇ ਪਰਵੀਰ ਰੁਪਈਆ 1100 ਦੇ ਕੇ ਵੱਟਾ
ਤਿੱਤਗੀ ਹੁਣ ਮੁੱਕੇ ਗਸ਼ਾਰੇ ਹੋ ਗਿਆ ਹਰੇ ਭਾਈ ਚੋਮੋ ਦੀ ਟੀਮ ਹੈਗੀ ਆ ਖਿਡਾਰੀ ਤੇ ਦੱਸੋ ਯਾਰ ਵੀਰ ਬਣ ਕੇ ਚੋਮੋ ਦੀ ਟੀਮ ਦੇ ਖਿਡਾਰੀ ਜਿਹੜੇ ਗੱਭਰੂ ਮੇਰੇ ਮਿੱਤਰੋ ਲਵੀ ਜਿਹੜੀ ਖੇਡ ਖੇਡੀ ਜਾ ਰਹੀ ਆ ਲਵੀ ਟਰਨ ਨੋਟ ਕਰ ਲਈ ਭਰਾ ਸਦਾ ਦੋ ਕਦੇ ਲੋਕ ਝੰਡੋਲਾ ਕਨੇਡਾ ਦਾ ਉਹ ਕਹਿੰਦਾ ਜਿੰਨੇ ਨੰਬਰ ਜੱਸੇ ਦੇ ਨੋਟ ਕਰ ਲਈ ਸੋਨੇ ਵੀਰ ਜਿੰਨੇ ਵੀ ਨੰਬਰ ਦੱਸਿਆ ਜਾਊਗਾ ਹਰ ਇੱਕ ਨੰਬਰ ਕਹਿੰਦੇ ਜੀ ਨੰਗਲ ਤੇ ਰੱਬੋ ਇਹ ਮੁੰਡੇ ਗਰਾਊਂਡ ਨੰਬਰ ਇੱਕ ਦੇ ਵਿੱਚ ਆਓ ਜੀ ਨੰਗਲ ਤੇ ਰੱਬੋ ਗਰਾਊਂਡ ਇੱਦਾਂ ਦਾ ਰੁਕ ਜਾਣਗੇ ਆਪਣੇ ਕੋਲ ਬੜਾ ਵੀਰ ਬਣ ਕੇ ਨੰਗਲ ਤੇ ਰੱਬੋ ਆਓ ਮੇਰੀ ਬੇਨਤੀ ਆ ਭਰਾ ਬਣ ਕੇ ਟੀਮਾਂ ਦੇ ਖਿਡਾਰੀਆਂ ਨੂੰ ਸਮੇਂ ਨੂੰ ਆਪਾਂ ਸੋਨੂ ਅਮਰਜੀਤ ਹੈਪੀ ਇਹ ਭਰਾ ਜੇ ਟੱਪਾ ਪਾ ਦੇਣ ਤੇ ਜੀਡੀ ਦੇ ਸਰਪੰਚ ਕਹਿੰਦਾ ਸਾਡਾ ਵੀਰ ਕਨੇਡਾ ਦਾ ਪਰ ਇਧਰਲੇ ਪਾਸੇ ਵੱਡੀ ਗਿਣਤੀ ਚ ਜੁੜ ਬੈਠੀ ਆ ਮੁਕਾਬਲਾ ਪੂਰਾ ਚੋਟੀ ਦਾ ਖੇਡਾ ਜਾ ਰਿਹਾ ਟੱਕਰ ਸਿਰੇ ਦੀ ਆ ਆਹ ਦਾਲ ਕਹਿੰਦੇ ਆਊਟ ਆ ਮੁੰਡੇ ਚੈਣੇ ਵਾਲੀ ਰਾਏਕੋਟ ਦੀ ਟੀਮ ਜਿੱਤ ਕੇ ਗਈ ਆ ਮੁੰਡੇ ਮੇਰਾ ਵੀਰ ਬਣ ਕੇ ਮੈਚ ਕਰਵਾ ਕੇ ਜਾਓ ਇੱਕ ਦਿਨ
ਨੰਗਲ ਤੇ ਰੰਬੂ ਗਰਾਊਂਡ ਨੰਬਰ 1 ਦੇ ਵਿੱਚ ਆ ਜਾਓ। ਦੋ ਨੰਬਰ ਗਰਾਊਂਡ ਦੇ ਵਿੱਚ ਫਿਰ ਇਸ ਤੋਂ ਬਾਅਦ ਝੰਮਟ ਬਾਬੇ ਦੀ ਟੀਮ ਦਾ ਮੈਚ ਆ ਕਿੰਦੇ ਤੋਂ ਹਾਲ ਦੀ ਟੀਮ ਦੇ ਨਾਲ। ਬਾਈ ਜੀ ਇੱਧਰ ਚੁੰਮੋ ਵਾਲੇ ਮੁੰਡੇ ਨਹੀਂ ਆਏ ਹਾਲੇ ਤੱਕ, ਰਵੀ ਆਇਆ ਵੀਰੇ, ਰਵੀ ਆਇਆ ਵੀਰੇ ਤੁਹਾਡੇ ਲਈ ਵੀਰ ਬਣ ਕੇ ਜਲਦੀ ਕਰਿਆ ਕਰੋ ਯਾਰ ਭਰਾ ਬਣੇ, ਹਾਲੇ ਤੱਕ ਨੀ ਮੁੰਡੇ ਆਏ ਤੇ ਚੰਗੀਆਂ ਗੱਲਾਂ ਨੇ। ਇੱਧਰ ਮੈਚ ਬੜਾ ਟੌਪ ਦਾ ਖੇਡਿਆ ਜਾ ਰਿਹਾ, ਹਾਂ ਚੰਗੀਆਂ ਗੱਲਾਂ ਦੇ ਕਰਨੀਆਂ ਪੈਣਗੀਆਂ ਸੋਹਣੇ ਵੀਰ। ਹੈਲੋ ਤੱਖਰ ਵਾਲਾ ਪੰਡਿਤ ਗਰਾਊਂਡ ਨੰਬਰ 1 ਚ ਮੈਚ ਕਰਾ ਦਿਓ ਬਈ, ਆ ਗਏ ਪੰਡਿਤ ਤੱਖਰ ਮੇਰਾ ਵੀਰ ਬਣ ਕੇ ਆਓ ਜੀ, ਨਾਲ ਦੀ ਪਵਨ ਭਰਾ ਸਾਡਾ ਇੱਕ ਵਾਰੀ ਜ਼ਰੂਰ ਆ ਕੇ ਮਿਲੇ, ਤਾਂ ਵੀਰ ਕਿਤੇ ਕਰਦੇ ਨੇ ਪਵਨ ਪਵਨਾ ਸਾਡਾ ਬਾਈ ਇੱਕ ਵਾਰੀ ਜ਼ਰੂਰ ਮਿਲ ਪਏ ਉੱਧਰ, ਕਿਆ ਬਾਈ ਨੂੰ ਕਿੱਥੇ ਆ। ਹੈਲੋ ਸਾਡਾ ਵੀਰ ਮਨਦੀਪ ਹੈ ਭਰਾ ਸਾਡਾ ਝੱਗੜੋਂ ਦੇ ਫਾਦਰ ਸਾਹਿਬ ਆਇਆ ਹੈ, ਕਿੰਨੇ ਕਿੰਨੇ ਤਰਨ ਦੱਸੀ, ਕਿੰਨੇ ਕਿੰਨੇ ਤਰਨ
ਸੱਤ ਸੱਤ ਵਾਹ ਬਈ ਵਾਹ ਸੱਤ ਬਰਾਬਰ ਆ ਜੀ ਸੱਤ ਤੇ ਸੱਤ ਦੀ ਟੱਕਰ ਯਾਰ ਜੇ ਮੈਚ ਹੁਣ ਤੱਕ ਮਾੜਾ ਮੋਟਾ ਵੀ ਸਵਾਦ ਵਾਲਾ ਲੱਗਿਆ ਤੇ ਇੱਕ ਵਾਰੀ ਤਾੜੀ ਦਾ ਧੰਨਵਾਦ ਧੰਨਵਾਦ ਬਾਈ ਦਲਪ੍ਰੀਤ ਮਾਨ ਬਹੁਤ ਬਹੁਤ ਧੰਨਵਾਦ ਜੀ ਦਲਪ੍ਰੀਤ ਮਾਨ ਮੋਹਲੀ ਕਨੇਡਾ ਵੈਲਕਮ ਵੈਲਕਮ ਬਾਈ ਜਗਰਾਜ ਕੰਗੂੜਾ ਜੀ ਵੈਲਕਮ ਵੈਲਕਮ ਤੇ ਬਾਈ ਜਗਪਾਲ ਕਿਵੇਂ ਇੰਡੀਆ ਦੇ ਟੂਰ ਤੇ ਆਇਆ ਹੋਇਆ ਤੇ ਬਾਈ ਜਗਰਾਜ ਕੰਗੂੜਾ ਦੀ ਵੀ ਲਾਈਵ ਵਾਲੇ ਬੈਠੇ ਕਿਤੇ ਯੂਐਸਏ ਦੀ ਧਰਤੀ ਤੇ ਐਨ ਮੇਰੇ ਵੀ ਗੋਲਡਨ ਸਪਾਂਸਰ ਹੈ ਖੇਡ ਬਾਲੀ ਨਾਲ ਦੇ ਇਹਦੇ ਖਿਡਾਰੀਆਂ ਨੂੰ ਵੱਡੇ ਮਾਨ ਕਰ ਰਿਹਾ ਹੈ ਔਰ ਜੇਲਪੁਰੀਆ ਕਹਿੰਦੇ ਕੈਪਟਨ ਵੀ ਆਏ ਹੋਏ ਮੇਰੇ ਵੀ ਮੁਕੰਦਪੁਰ ਵਾਲੇ ਭਰਾ ਵੀ ਕਹਿੰਦੇ ਵੱਡੀ ਗਿਣਤੀ ਚ ਆਏ ਬਿੱਟੂ ਚੌਹਾਨ ਕਰਾਂਗਾ ਲਓ ਅੱਠ ਤੇ ਸੱਤ ਨੰਬਰ ਨੌਵਾਂ ਹੁਣ ਕੌਣ ਜੋੜਦਾ ਆਪਣੀ ਟੀਮ ਦੇ ਲਈ ਢੋਲੀ ਜਾਵੇ ਜੈਨ ਤੇ ਛੱਡੀਏ ਨਾ ਦਿਲ ਮਿਲ ਜਾਂਦੀ ਹੈ ਤਰੱਕੀ ਹੋ ਜੇ ਤਰੱਕੀ ਫਿਰ ਛੱਡੀ ਦੇ ਨੀ ਪੈਰ ਇਹ ਗੱਲ ਜਿਹੜੀ ਸਾਚਾ ਨਾ ਲੈਣਾ ਉਹ ਬੱਲੇ ਬੱਲੇ ਜਾਤੀਆਂ ਦਾ ਰੇਟ ਪੁੱਛਣਾ ਜਿਵੇਂ ਪੈਰ ਛੱਡਦੇ ਨਿਸ਼ਾਨ ਖਿੱਚਦੇ ਤੇ ਨਰੂਏ ਦੇ ਚੋਲੇ ਅਫਗਾਨ ਜਿੱਤਦੇ ਮੋਹਾਲੀ ਵਾਲਾ ਕਹਿੰਦੇ ਜੋਬਨ ਵੀ ਆਇਆ ਹੋਇਆ ਚੇਤੇ ਪਰ ਤੋਂ ਬੰਦਾ ਧਾਰਵਾ ਦਾ ਸਾਡੇ ਭਰਾਵਾ ਮੋਹਾਲੀ ਵਾਲਾ ਕਹਿੰਦੇ ਜੋਬਨ ਵੀ ਪੁੱਜ ਗਿਆ ਬਣੂਗਾ ਬਣੂਗਾ ਰੱਬਾ ਤੇ ਨੰਗਲ ਦਾ ਮੈਚ ਸ਼ੁਰੂ ਕਰ ਦਈਏ ਪੰਡ ਤੋਂ ਪਿਕਚਰ ਵੀ ਬਾਕੀ ਹੈ ਖੜੀਆਂ ਟੀਮਾਂ ਕਰ ਦੋ ਮੈਚ ਸ਼ੁਰੂ ਖੇਡਾਂਗੇ ਪਿੰਡ ਵਾਲਾ ਮੈਚ ਚੱਲੀ ਆਪਾਂ
ਨੰਬਰ ਚੇਂਜ 7-10 ਸ਼ੁਰੂ ਦੇ 10 ਨੇ ਦੱਸੇ ਦੇ 7 ਆ ਵੀਰੇ ਪਰਚੀ ਉਹ ਵੀ ਮੇਰਾ ਵੀਰ ਬਣ ਕੇ ਵਿੱਚ ਪਾ ਲਓ ਜੇਤੂ ਰੱਖ ਕੇ ਉਹ ਮੈਚ ਆਪਾਂ ਕੋਈ ਨਹੀਂ ਫਿਰ ਬਾਅਦ ਚ ਕਰਾਵਾਂਗੇ ਓਕੇ ਜੀ ਮੈਚ ਤੋਂ ਬਾਅਦ ਬਹੁਤ ਬਹੁਤ ਧੰਨਵਾਦ ਉਧਰੋਂ ਗੱਗੀ ਕੈਨੇਡਾ ਝੰਮਟ ਕਮਲਜੀਤ ਝੰਮਟ ਹਰਜੋਤ ਝੰਮਟ ਮਣੀ ਕੈਨੇਡਾ ਜੀਰਖ ਉਹ ਸਾਰੇ ਵੀਰ ਆਏ ਉਹਨਾਂ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਝੰਮਟ ਨਾਲ ਬਾਈ ਕਮਲਜੀਤ ਝੰਮਟ ਹਰਜੋਤ ਝੰਮਟ ਤੇ ਨਾਲ ਮਣੀ ਕੈਨੇਡਾ ਜੀਰਖ ਸਾਰੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਆ ਹਾਂਜੀ ਦਿਲਸ਼ਾਹ ਜੀ ਰਾਵੀ ਬਹੁਤ ਸੋਹਣਾ ਮੈਚ ਖੇਡਿਆ ਜਾ ਰਿਹਾ ਇੱਧਰ 9-10 ਪੁਆਇੰਟ ਨੇ ਜੀ 10 ਤੇ 7 ਦਾ ਮੁਕਾਬਲਾ ਹੈ 10 ਨੰਬਰ ਆ ਜਿਹੜੇ ਦੀਵਾਨ ਖੇਡਦੀ ਟੀਮ ਦੇ ਔਰ 7 ਨੰਬਰ ਜਿਹੜੇ ਇਧਰਲੇ ਪਾਸੇ ਖੇਡਦੇ ਮੁੰਡੇ ਚੈਣੇ ਵਾਲੀ ਹੈ ਬੱਲੇ ਰਾਏ ਸਰ ਵਾਲੇ ਨੂੰ ਦੁਨੀਆ ਟੋਪ ਕਹਿੰਦੀ ਆ ਲੈ ਵੀ ਰਾਏ ਸਰ ਵਾਲਿਆ ਨਹੀਂ ਲੋਕਾਂ ਕਹਿਣਾ ਵੀ ਇਹਨੇ ਦੁਗਣ ਵਾਲੇ ਮੁੰਡਿਆਂ ਨੇ ਲਾਇਆ ਵੀ ਇਹਨੂੰ ਟੋਪ ਕਹਿੰਦੇ ਆ ਇੱਕ ਅੱਧਾ ਹੋਰ ਤੇ ਗੋਲਾ ਪੈਗਣਾ ਪਊਗਾ8-10 ਸਕੋਰ ਆ ਵੀਰੇ ਮੋਹਿਤ ਸਾਡਾ ਵੀਰ ਚੰਡੀਗੜ੍ਹ ਤੇ ਆਪਾਂ ਸਪੋਰਟਸ ਕਿੱਟ ਦੇ ਨਾਲ ਵੱਡੇ ਜਿਹੜੇ ਮਾਣ ਕਰਦੇ ਹੈਗੇ ਉਧਰੋਂ ਨਹੀਂ ਜੀ ਅਸੀਂ ਟਾਈਆਂ ਕੱਢਣ ਲੱਗੇ ਮੈਂ ਜੇਤੂ ਟੀਮਾਂ ਨੂੰ ਕਾਲ ਕਰਨਾ ਮੇਰੀ ਬੇਨਤੀ ਆ ਭਰਾ ਬਣ ਕੇ ਜੇਤੂ ਟੀਮਾਂ ਦਾ ਇੱਕ ਖਿਡਾਰੀ ਜਿਹੜਾ
ਉਹ ਸਟੇਜ ਤੇ ਜ਼ਰੂਰ ਸੰਪਰਕ ਕਰੇਗਾ। ਢੋਲ ਮਾਜਰਾ ਖੱਟੜਾ ਅਰਸ਼ ਭੈਣੀ ਕਲਾ ਬੜਸਿੱਕਰੀ ਅਹਿਮਦਗੜ੍ਹ ਵਿਕਾਸ ਭਾਗੋ ਮਾਜਰਾ ਏ ਮੱਲ ਸਿੰਘ ਵਾਲਾ ਆਨੰਦਗੜ੍ਹ ਲਹਿਰਾ ਬਿੰਦਰੀ ਹਿੰਮਤੜ ਰਾਮਕੋਟ ਭਿੱਖੀ ਕੱਟੂ ਤੇ ਰਾਏਕੋਟ ਨਾਲ ਵੀਰੇ ਚਾਰੇ ਗਰਾਊਂਡਾਂ ਦੇ ਜੇਤੂ ਟੀਮਾਂ ਔਰ ਦੁਧਾਲ ਤੇ ਝਮਟ ਬਾਬੇ ਦਾ ਜਿਹੜਾ ਇੱਕ ਮੈਚ ਰਹਿੰਦਾ ਉਹ ਟੀਮ ਤੇ ਝਮਟ ਜੋਤ ਤੇ ਝਮਟ ਪ੍ਰਭ ਇਹ ਟੀਮਾਂ ਦੇ ਜਿਹੜੇ ਅਗਲੇ ਰਾਊਂਡ ਦੇ ਵਿੱਚ ਨੇ ਕੰਟੀਨਿਊ ਕਰੀਏ ਜੀ ਆਪਾਂ ਹਰਜਿੰਦਰ ਸਕੋਰ ਵੀਰੇ 8-10 ਨੇ ਮੇਰੇ ਖਿਆਲ ਚ ਹਰਜਿੰਦਰ ਜੀ 8 ਜੱਸੇ ਦੇ 10 ਲਹਿਰਿੰਦਰ 10 ਤੇ 8 ਦਾ ਮੁਕਾਬਲਾ 8 ਤੇ 10 10 8 ਆ ਜੀ ਬੱਲੇ ਰਾਏ ਸਰਵਾਲਾ ਕੋਸ਼ਿਸ਼ ਤੇ ਕਰ ਰਿਹਾ ਪਰ ਮੁੰਡੇ ਕਹਿੰਦੇ ਅੱਜ ਉਹ ਵੀ ਬੜੀ ਤਿਆਰੀ ਦੇ ਵਿੱਚ ਲੱਗਦੇ ਆ ਬੜਾ ਕਹਿੰਦੇ ਵੱਡਾ ਮੈਚ ਖੇਡਿਆ ਜਾ ਰਿਹਾ ਜਿਹਦੇ ਦਿਨ ਦਾ ਔਰ ਜਿੱਥੇ ਜਿੱਥੇ ਆਹ ਮੈਚ ਲੱਗ ਜਾਂਦਾ ਜੱਸੇ ਦੇ ਸ਼ੇਰੂ ਦੀ ਟੱਕਰ ਹੋ ਜਾਂਦੀ ਆ ਤੇ ਮਿਲ ਜਿਹੜੇ ਉਹ ਸਫਲ ਬਣ ਜਾਂਦੇ ਆ ਇਧਰਲੇ ਪਾਸੇ 8 ਤੇ 10 ਦੋ ਪੁਆਇੰਟਾਂ ਦਾ ਫਰਕ ਆ ਨੰਬਰ 9 ਦਾ ਹੁਣ ਕੌਣ ਜੋੜੂਗਾ ਵੀ ਕੌਣ ਕੌਣ ਦਿੰਦਾ ਸਾਡੇ ਹੱਥ ਦੇ ਵਿੱਚ ਤੇ ਕੌਣ ਕੌਣ ਚਾਹੁੰਦਾ ਸਾਡੀ ਦੇਖ ਲਈ ਤਬਾਹੀ ਆਹ ਕਿਹੜੇ ਕਰਨੇ ਆ ਪਿੱਠ ਪਿੱਛੇ ਵਾਰ ਤੇ ਸ਼ੇਅਰ ਕਰਿਓ ਸਾਰੇ ਭਰਾ ਸ਼ੇਅਰ ਵੀਰੇ ਕਿੰਨੇ ਦੁਸ਼ਮਣ ਹੋ ਕਮਾਲ ਹੀ ਕਰਦੇ ਬੰਦੇ ਨੇ ਔਰ ਜਿਹੜੇ ਬੰਦੇ ਨੇ ਵੀਰੇ ਯਾਰ ਬਲਾਕ ਕਰਨ ਦੀ ਕੋਸ਼ਿਸ਼ ਕੀਤੀ ਸੀ ਨੈਟ ਤੇ ਖੇਡਦਾ ਮੁੰਡਾ ਸਰਨੀ ਵੱਡਾ ਦਿਲ ਚਾਹੀਦਾ ਇੱਕ ਵਾਰੀ ਯਾਰ ਸਰਨੀ ਨੇ ਵੀ ਤਾੜੀ ਮਾਰ ਦੇ ਯਾਰ ਗੁੱਜਰ ਸ਼ੇਅਰ ਕਰੋ ਨਾ ਬਣ ਕੇ ਯਾਰ ਸ਼ੇਅਰ ਨਹੀਂ ਕਰ ਰਿਹਾ ਜੀ ਹਰ ਕਹਿੰਦੇ ਰਾਈਫਲ ਦੇ ਥੋੜਾ ਜਿਹਾ ਟਾਈਮ ਦਾ ਹੈਗਾ ਤੇ ਘੰਟੇ ਦਾ ਫਰਕ ਅੱਧਾ ਘੰਟਾ ਮੈਚ ਹੋਰ ਚੱਲ ਗਿਆ ਬੰਦੇ ਹੋਰ ਜੋੜਨਗੇ ਕਰਿਓ ਸ਼ੇਅਰ ਭਰਾ ਬਣੇ ਖੱਤੀ ਦਾ 10 ਤੇ 9 ਨਾ ਪਰ ਮੈਂ 8 ਹੀ ਆ ਓਕੇ ਜੀ ਸਕੋਰ ਕਮਲ 9-10 ਆ ਮੇਰੇ ਖਿਆਲ ਚ 9-10 ਵੀਰੇ ਧੰਨਵਾਦ ਜੀ ਪ੍ਰੀਤ ਬਰਨਾਲਾ ਵੈਲਕਮ ਵੈਲਕਮ ਵੀਰੇ ਕਰਿਓ ਸ਼ੇਅਰ ਕਰਿਓ ਪ੍ਰੀਤ ਸਕੋਰ ਵੀਰੇ 9-10 ਆ ਗਏ 9-10 ਤੇ 8 ਦੀ ਟੱਕਰ ਆਊਟ ਬਾਲ 9 ਹੋ ਗਏ ਕਿ 10 ਹੀ 8 ਹੀ ਨੇ 11 ਹੋ ਗਏ ਜੀ 11 ਤੇ 8 ਦਾ ਮੁਕਾਬਲਾ ਨੰਬਰ ਜਿਹੜਾ 11 ਹੋ ਗਿਆ ਖੇਡ ਦੀ ਟੀਮ ਦੇ ਖਾਤੇ ਵਿੱਚ ਜਾ ਜੁੜ ਗਿਆ ਹੈ 11 ਤੇ ਕਹਿੰਦੇ 8 ਦੀ ਟੱਕਰ ਹੈ 3 ਪੁਆਇੰਟਾਂ ਦਾ ਫਰਕ ਹੈ ਨੰਬਰ 9ਵਾਂ ਜੋੜਨ ਦੇ ਲਈ ਮੁੰਡੇ ਕਹਿੰਦੇ ਤਿਆਰ ਦਾ ਤਿਆਰ ਨੇ ਜਿੰਨੇ ਵੀ ਕਰਿਓ ਕਰਿਓ ਭਰਾ ਬਣ ਕੇ ਜਿਹੜੇ ਕਿ ਸ਼ੇਅਰ ਕਰਿਓ ਸਾਰੀ ਸੰਗਤ ਦਾ ਬਹੁਤ ਵੱਡਾ ਧੰਨਵਾਦ ਹੈ ਬਾਈ ਜੀ ਮੈਂ ਸ਼ੁਰੂ ਕਰੋ ਜੀ ਚੋਮੋ ਚੋਮੋ ਤੇ ਜੋਧਪੁਰੀਆ ਜੋਬਣਾ ਚਾਹੇ ਆ ਵੀ ਗਰਾਊਂਡਾਂ ਦੀਆਂ ਨਾ ਟਾਈਆਂ ਪਾਈਆਂ ਹੋਈਆਂ ਵੀ ਆਹ 1 ਤੇ 2 ਤੇ 3 ਤੇ 4 ਦੇ ਪਰਚੀਆਂ ਪਾ ਕੇ ਲਾਈਵ ਵਾਲੇ ਬਿਠਾਏ ਹੋਏ ਆ ਬਾਕੀ ਤੁਹਾਡੀ ਸਹਿਮਤੀ ਹੈ ਜਿਵੇਂ ਕਹੋਗੇ ਮੇਰਾ ਵੀਰ ਗਰਾਊਂਡ ਵਿਹਲਾ ਪਿਆ ਕੋਈ ਇਸ਼ੂ ਨਹੀਂ ਉੱਦਾਂ ਮੇਰਾ ਵੀਰ ਬਣ ਕੇ
ਕਮੇਟੀਆਂ ਨੂੰ ਮੈਂ ਪੁੱਛ ਲਓ ਇੱਕ ਵਾਰੀ ਮੇਰਾ ਵੀਰ ਸਿੰਘ ਦੇ ਬੋਲਣਾ ਇਹ ਕੋਈ ਨਾ ਬੋਲ ਹੀ ਦੇਣਾ ਜੀ। ਰਵੀ ਜਿੱਤ ਗਿਆ ਸੀ ਵੀਰੇ, ਸੈਕਿੰਡ ਆਉਣੀਆਂ ਟਾਈਆਂ ਪਾਉਣੀਆਂ, ਦੱਸਾਂਗੇ ਰਵੀ ਦਾ ਮੈਚ ਕਿਹਦੇ ਨਾਲ ਆਉਂਦਾ। ਠੀਕ ਹੈ ਜੀ। ਨਾਲ ਹੀ ਦਿੱਲੇ ਪਾਸੇ ਭਰਾ ਸਾਡਾ ਪਵਨ ਕਹਿ ਰਿਹਾ ਹੈ ਵੀ ਜਿਹੜਾ ਖਿਡਾਰੀ ਕੋਈ ਤਗੜਾ ਪ੍ਰਦਰਸ਼ਨ ਕਰੂਗਾ, ਬੋਲਾਂ ਕੋਈ ਚੰਗੀਆਂ ਲਾਊਗਾ ਤੇ ਉਹਦੇ ਲਈ ਆਪਾਂ 1100 ਦੇ ਵੱਡੇ ਮਾਨ ਸਨਮਾਨ ਦੇਵਾਂਗੇ। ਆਹ ਸਾਹਮਣੇ ਨੰਬਰ ਕਹਿੰਦੇ ਜੋੜਨ ਵਾਲੀ ਫੇਰ ਮੁੰਡੇ ਤਿਆਰ ਹੋ ਤਿਆਰ ਆ। ਆਹ ਕਹਿੰਦੇ ਸੋਨੂੰ ਦਿਮਾਗ ਲਾ ਗਿਆ ਚੁੱਕੇ ਵੱਡੇ ਹਜ਼ਾਰ ਦੇ ਤਾਰ ਕੋਈ ਟਾਂਬੀ ਟੱਲੀ ਲੱਗ ਰਹੀ ਹੈ ਪੰਡਤਾ ਮਾਨਕ ਦਾ ਯਾਰਾ ਪੰਡੋਲੀ ਆਇਆ ਹੋਇਆ। ਆਹ ਗੱਲਾਂ ਕਹਿੰਦੇ ਮੁਸੀਦੀਆਂ ਤੇ ਗੱਲਾਂ ਕਹਿੰਦੇ ਹੁੰਦੀਆਂ ਨੇ ਮੇਰੇ ਵੀਰੇ ਤੇ ਚਰਚੇ ਕਰਾ ਗਿਆ ਚੰਦਰਾ ਸਿਰੇ ਪੰਜਾਬ ਆ ਵੀਰੇ ਕਟਾਰੀ
ਖੱਬੇ ਨਾਲ ਬਟਾਰੀ ਇਹਨੂੰ ਪਾਈ ਹੈ ਜੀ। ਠੀਕ ਹੈ ਜੀ, ਜਿਵੇਂ ਤੁਹਾਡੇ ਫੈਸਲੇ ਆ ਜੀ। ਡਾਕਟਰ ਸਨੋਹੇ ਵਾਲਿਆ ਕਰਾਂ ਸ਼ੇਅਰ, ਮੇਰੇ ਸ਼ੇਅਰ ਕਰ ਦੀ ਗੱਲਾਂ ਸੋਲਾ ਕਰੋਗੇ ਇੱਥੇ। ਕੋਈ ਨਹੀਂ ਦੇਖ ਲੈਂਦਾ ਅੱਛਾ ਸਿਆਣਾ ਗੁਰਲਾਲ ਤੇ ਐਨ ਚਿੱਪ ਕਰਨ ਦਾ ਚਰਚੇ ਵੱਡੇ ਆ। ਮੈਂ ਤਾਂ ਇੱਧਰ ਬਹੁਤ ਤਕੜਾ ਲਾ ਵੀ ਪੰਡ 27 ਤਰੀਕ ਡੇਰੀ ਮਾਨਕਪੁਰ ਦੇ ਵਿੱਚ ਰੌਣਕ ਲੱਗੂਗੀ। ਬਾਰਿਕਾ ਤੇ ਲਹਿਰਾ ਬਿੰਦਰੀ ਦੀ ਟੀਮ ਜਿਹੜੀ ਉਹ ਗਰਾਊਂਡ ਨੰਬਰ 4 ਦੇ ਵਿੱਚ ਆਵੇ। ਹੈਲੋ ਬਾਈ ਜੀ, ਬਾਰਿਕਾ ਤੇ ਲਹਿਰਾ ਬਿੰਦਰੀ ਦੀ ਟੀਮਾਂ ਗਰਾਊਂਡ ਨੰਬਰ 4 ਦੇ ਵਿੱਚ ਆਉਗੀ। ਬਾਰਿਕਾ ਤੇ ਲਹਿਰਾ ਬਿੰਦਰੀ ਦੀ ਟੀਮ ਦਾ ਮੈਚ ਆ ਵੀਰੇ 4 ਨੰਬਰ ਗਰਾਊਂਡ ਦੇ ਵਿੱਚ, ਨਾਲ ਹੀ ਕੱਟੂ ਵਾਲੇ ਮੁੰਡੇ ਪਹਿਲਾਂ ਜਿੱਤੇ। ਇੱਥੋਂ ਮੇਰੀ ਬੇਨਤੀ ਹੈ ਇੱਕ ਜਣਾ ਰੈਫਰੀ ਆ ਜਾਓ ਜੀ ਇਧਰਲੇ ਪਾਸੇ ਨੰਬਰ 16 ਤੋਂ ਕਹਿੰਦੇ 17 ਕੰਨ ਦੇ ਲਈ ਆਹ ਮੁੰਡੇ ਕਹਿੰਦੇ ਖੇਡਦੇ ਮੈਦਾਨ ਚ ਤਿਆਰ ਬਰ ਤਿਆਰ ਨੇ। ਇੱਧਰ ਕਹਿੰਦੇ ਮੁੰਡੇ ਮਾਨਕ ਮਾਜਰੇ ਵਾਲੇ ਵੀ ਆਏ ਹੋਏ ਚੇਤੇ ਕਰਦੇ ਆਹ ਕਹਿੰਦੇ ਹਰਜਿੰਦਰ ਵੀ ਪੁੱਜਿਆ ਹੋਇਆ ਸਾਡਾ ਪਿਆਰਾ ਪਿਛੇ ਤਰਦੇ ਮੈਂ ਧੰਨਵਾਦ ਕਰਾਂਗਾ। ਲੈ ਵੀ ਨੰਬਰ 17 ਹੋਵੇ ਜੀ ਭਾਈ ਜੀ। ਅਗਲਾ ਮੈਚ ਖੇਡਣ ਲਈ ਟੀਮ ਆਉਣ ਗਰਾਊਂਡ ਨੰਬਰ 1 ਦੇ ਵਿੱਚ। ਓਕੇ ਧੰਨਵਾਦ ਧੰਨਵਾਦ। ਰਾਏਕੋਟ ਤੇ ਕੱਟੂ ਇਹ ਮੁੰਡੇ ਆਉਣ ਜੀ 1 ਨੰਬਰ ਗਰਾਊਂਡ ਦੇ ਵਿੱਚ। ਨਵੀਂ ਕਮਲ ਹੋ ਭੱਜ ਗਏ, ਮੇਰਾ ਪੇਚਾ ਚੌਂਟੀ ਨਾਲ ਪੈ ਗਿਆ ਹੋ ਜਾ ਭੱਜ ਗਏ ਗੱਲਾਂ ਕਹਿੰਦੇ ਟਿਕਾਣੇ ਲੱਗਣ ਗਿਆ ਭਾਈ ਜੀ। 2 ਨੰਬਰ ਗਰਾਊਂਡ ਦੇ ਵਿੱਚ ਭਾਗੋ ਮਾਜਰਾ ਤੇ ਮਲ ਸਿੰਘ ਵਾਲਾ ਇਹ ਮੁੰਡੇ ਆਉਣ। 3 ਨੰਬਰ ਗਰਾਊਂਡ ਜਿਹੜਾ ਮੈਚ ਰਹਿੰਦਾ ਵੀਰੇ ਇੱਕ ਬਣਾਲਾ ਨਾਰਾ ਉਹ ਕਰਾਉਣਾ ਸੋਨੀ ਜਿੱਥੇ ਵੀ ਕਹੇ ਤੇ ਆਪਾਂ ਇੱਕ ਨਾਰਾ ਦੀ ਪੇਟੀ ਗਿਫਟ ਕਰ ਦਿਆਂਗੇ। ਆਓ ਸਾਹਮਣੇ ਮੇਰੇ ਵੀਰੋ ਭਾਈ ਜੀ ਗਰਾਊਂਡ ਨੰਬਰ 3 ਦੇ ਵਿੱਚ ਝਮਟ ਬਾਬਾ ਇਹ ਟੀਮ ਆਪਣੇ ਆਪ ਨੂੰ ਤਿਆਰ ਰੱਖਣਾ। ਗਰਾਊਂਡ ਨੰਬਰ 3 ਦੇ ਵਿੱਚ ਉਹਨਾਂ ਦਾ ਮੈਚ ਖੇਡਿਆ ਜਾਣਾ। ਮੇਰੀ ਬੇਨਤੀ ਆ ਭਰਾ ਬਣ ਕੇ ਸਾਰੀਆਂ ਟੀਮਾਂ ਦਾ ਚੱਲਦੇ ਆ ਗਹਿਰਾਈਆਂ ਦੇ ਵਿੱਚ ਧੰਨਵਾਦ ਆ। ਇੱਧਰ 1 ਨੰਬਰ ਗਰਾਊਂਡ ਦੀਆਂ ਸਾਈਡਾਂ ਜਿਹੜੀਆਂ ਚੇਂਜ ਆ ਰਾਏਕੋਟ ਇੱਧਰ 17 ਤੇ 18
ਕਰਨ ਦੇ ਲਈ ਮੁੰਡੇ ਕਹਿੰਦੇ ਤਿਆਰ ਵਰ ਤਿਆਰ ਤਿਆਰ ਵਰ ਤਿਆਰ ਨੇ ਉਧਰੋਂ ਲਵਪ੍ਰੀਤ ਨੇ ਜਾਣਾ ਦਾ ਯਾਰ ਕਰਮਗੜੀ ਆ ਭਰਾ ਸਾਡਾ ਉਹ ਕਹਿੰਦਾ ਤੇ ਪੁੱਤ ਸਿੰਘ ਬਾਜਵਾ ਵੱਡਾ ਪ੍ਰਮੋਟਰ ਹੈ ਖੇਡ ਵਾਲੀਵਾਲ ਦਾ ਤੇ ਜੱਸਾ ਇੱਥੋਂ ਲੀਡ ਪੱਟ ਕੇ ਜਿੱਤੇ ਤੇ ਰੁਪਇਆ 11,000 ਨਗਦੇ ਲੱਗਦੀ ਭਰਾ ਸਾਡੇ ਕਹਿੰਦੇ ਆ ਕੁਲਵੀਰ ਔਲਖ ਤਿਆਰ ਤਿਆਰ ਵੱਡਾ ਫਰਕ ਆ ਰਾਏ ਸਰ ਵਾਲਿਆ ਪਾਣੀ ਸਿਰ ਤੋਂ ਲੰਘਦਾ ਲੱਗਦਾ ਰਾਏ ਸਰ ਵਾਲਿਆ ਸਿਆਣਿਆਂ ਨੇ ਤੱਤ ਕੱਢੇ ਹੋਏ ਆ ਸਾਹਮਣੇ ਗੱਲਾਂ ਹੁੰਦੀਆਂ ਨੇ ਬੇਟਿਆਂ ਨੇ ਵੀ ਪਿੰਬਰੀ ਹੈ ਕੌਡੀਆਂ ਨੇ ਮੁੱਕ ਜਾਂਦੀਆਂ ਪਰ ਪਤਾ ਨੀ ਜੀ ਮੇਰੇ ਮਿੱਤਰੋ ਬਾਸਪਤੀ ਨੇ ਭਾਗੂ ਠੇਕੇਦਾਰ ਸਾਹਿਬ ਪ੍ਰੀਤ ਮਾਨ ਕਨੇਡਾ ਧੋਣੀ ਖੁਰਦਾਣਾ ਕਹਿੰਦਾ ਜੱਸ
ਜਿੱਤ ਹਾਰ ਬਣੀ ਆ ਪਰ ਮੈਚ ਵਧੀਆ ਲੱਗਾ।